ਕਦੀ ਕਦੀ ਜੀ ਕਰਦਾ ਵੀ ਕੋਈ ਸਵਾਦੀ ਜਿਹਾ ਖਾਣਾ ਖਾਈਏ। ਚਲੋ ਘਰ 'ਚ ਜਿਹੋ ਜਿਹੀ ਰੁੱਖੀ ਮਸੀਹ ਹੁੰਦੀ ਮਿਲ ਹੀ ਜਾਂਦੀ ਹੈ, ਮੈਂ ਸੋਚਿਆ ਜੇ ਹੋਟਲ 'ਤੇ ਚੱਲ ਕੇ ਖਾਣਾ ਖਾਂਦੀ। ਮੈਂ ਇੱਕ ਹੋਟਲ ਦਾ ਬੜਾ ਨਾਂ ਸੁਣਿਆ ਸੀ, ਮੈਂ ਉੱਥੇ ਪਹੁੰਚਿਆ। ਮੈਂ ਬਹਿਰਮ ਲਾਇਆ, ਮੈਂ ਬਹਿਰਾ ਇੱਧਰ ਆਓ। ਕਹਿੰਦਾ ਜੀ ਜਨਾਬ, ਮੈਂ ਵੀ ਆਪਣੇ 'ਤੇ ਕੋਈ ਸਪੈਸ਼ਲ ਸਬਜ਼ੀ ਤੁਹਾਡੇ ਕਿਹੜੀ ਹੈ? ਕਹਿੰਦਾ ਜੀ ਬਸ ਸਾਡੇ ਹੋਟਲ ਦੀ ਇੱਕੋ ਸਬਜ਼ੀ ਮਸ਼ਹੂਰ ਹੈ ਜਿਹਨੂੰ ਕਹਿੰਦੇ ਨੇ ਕੱਦੂ ਅੰਗੂਰ। ਮੈਂ ਹੈ ਕੱਦੂ ਅੰਗੂਰ ਪਹਿਲੀ ਵਾਰ ਸੁਣਿਆ ਕੱਦੂ ਅੰਗੂਰ ਦੀ ਸਬਜ਼ੀ। ਕਹਿੰਦੇ ਜੀ ਖਾ ਕੇ ਤਾਂ ਦੇਖੋ ਸਵਾਦ ਆਊਗਾ। ਮੈਂ ਠੀਕ ਹੈ, ਮੈਂ ਇੱਕ ਪਲੇਟ ਲਿਆਓ। ਉਹ ਪਲੇਟ ਲੈ ਕੇ ਆ ਗਿਆ ਕੱਦੂ ਅੰਗੂਰ ਦੀ ਸਬਜ਼ੀ। ਮੈਂ ਚਮਚਾ ਚੱਕਿਆ ਤਾਂ ਮੈਂ ਵਿੱਚੋਂ ਅੰਗੂਰ ਲੱਭਣੇ ਸ਼ੁਰੂ ਕਰਤੇ। ਅੰਗੂਰ ਤਾਂ ਮੈਨੂੰ ਲੱਭੇ ਨਾ, ਕੱਦੂ ਕੱਦੂ ਨਜ਼ਰ ਆਉਣ। ਮੈਂ ਉਹਨਾਂ ਦੇ ਮਾਲਕ ਹੋ ਗਿਆ, ਮੈਂ ਜਨਾਬ ਇਹ ਸਬਜ਼ੀ ਕਾਹਦੀ ਹੈ? ਕਹਿੰਦੇ ਜੀ ਕੱਦੂ ਅੰਗੂਰ ਦੀ। ਮੈਂ ਜਰਾ ਅੰਗੂਰ ਦਿਖਾਓ ਕਿੱਥੇ ਹੈ। ਕਹਿੰਦੇ ਜੀ ਗੱਲ ਇਹ ਦਰਅਸਲ ਵੀ ਅਸੀਂ ਅੱਧੋ ਅੱਧ ਪਾਉਂਦੇ ਹਾਂ ਅੰਗੂਰ। ਮੈਂ ਕੀ ਮਤਲਬ ਤੁਹਾਡਾ ਵੀ 2 ਕਿਲੋ ਕੱਦੂ 2 ਕਿਲੋ ਅੰਗੂਰ ਪਾਉਂਦੇ ਹੋ? ਕਹਿੰਦਾ ਜੀ ਨਹੀਂ, 2 ਕੱਦੂ ਅਤੇ 2 ਅੰਗੂਰ ਪਾਈਦੇ ਹੈ।
ਦਿਆ।